ਇੱਕ ਵਾਰੀ ਇੱਕ ਚਿੜੀ ਅਤੇ ਕਾਂ ਇੱਕੋ ਦਰਖਤ ਤੇ ਰਹਿੰਦੇ ਸਾਂ ਉਹਨਾਂ ਵਿੱਚ ਦੋਸਤੀ ਹੋ ਗਈ ਉਹ ਦੋਵੇਂ ਮਿਲ ਕੇ ਦਾਣਾ ਚੁਗਦੇ ਜਿੱਥੇ ਚਿੜੀ ਨੂੰ ਦਾਣੇ ਲੱਭ ਜਾਂਦੇ ਉਹ ਕਾਂ ਨੂੰ ਚੀਂਚੀ ਕਰਕੇ ਬੁਲਾ ਲੈਂਦਾਂ ਦਾਣਾ ਚੁਗਣ ਲਈ ਉਹਨਾਂ ਨੂੰ ਬਹੁਤੀ ਵਾਰ ਦੂਰ ਦੂਰ ਜਾਣਾ ਪੈਂਦਾ ਸ ਦੋਵਾਂ ਨੇ ਸਲਾਹ ਬਣਾਈ ਕਿ ਉਹ ਨੇੜੇ ਜਿਹੇ ਇੱਕ ਖੇਤ ਵਿੱਚ ਦਾਣੇ ਬੀਜ ਦਾਣਿਆਂ ਤੋਂ ਬੂਟੇ ਉੱਗ ਜਾਣਗੇ ਫਿਰ ਬੂਟਿਆਂ ਉੱਪਰ ਬਹੁਤ ਸਾਰੇ ਦਾਣੇ ਲੱਗਣਗੇ ਚਿੜੀ ਅਤੇ ਕਾਂ ਨੂੰ ਦਾਣੇ ਲਬਣ ਦੂਰ ਨਹੀਂ ਜਾਣਾ ਪਵੇ ਕਾਂ ਨੂੰ ਮੱਕੀ ਦੇ ਦਾਣੇ ਚੰਗੇ ਲੱਗਦੇ ਸਨ ਤੇ ਚਿੜੀ ਨੂੰ ਵੀ ਮੱਕੀ ਦੇ ਪੀਲੇ ਪੀਲੇ ਦਾਣੇ ਬੜੇ ਪਸੰਦ ਸਾਂ ਦੋਹਾਂ ਨੇ ਖੇਤ ਵਿੱਚ ਮੱਕੀ ਬੀਜਣ ਦਾ ਫੈਸਲਾ ਕੀਤਾ ਚਿੜੀ ਬੜੀ ਮਿਹਨਤੀ ਸੀ ਪਰ ਕਾਂ ਚਿੜੀ ਵਾਂਗ ਮਿਹਨਤੀ ਨਹੀਂ ਉਸ ਨੂੰ ਕੰਮ ਕਰਨਾ ਚੰਗਾ ਨਹੀਂ ਸੀ ਲੱਗਤ ਉਹ ਹਰ ਵੇਲੇ ਏਧਰ-ਉਧਰ ਠੁਮਕ-ਠੁਮਕ ਕਰਦਾ ਕੁਮਦਾ ਫਿਰਦਾ ਰੰਗ ਕਾਂ ਕਾਂ ਦੇ ਗੀਤ ਗਾਉਂਦਾ ਕਦੇ ਇੱਕ ਟਾਣੀ ਉੱਪਰ ਤੇ ਕਦੇ ਉੱਡ ਕੇ ਦੂਸਰੀ ਟਾਣੀ ਉੱਪਰ ਜਾ ਬੰਦ ਇੱਕ ਦਿਨ ਬੜਾ ਮੇਹ ਪੇ ਚਿੜੀ ਕਾਂ ਕੋਲ ਗਈ ਤੇ ਕਹਿਣ ਲੱਗੀ ਕਾਵਾ ਕਾਵਾ ਮੀਆਂ ਪੈਣ ਨਾਲ ਮਿੱਟੀ ਨਰਮ ਹੋ ਗਈ ਹੈ ਚਲ ਆਪਾਂ ਵੀ ਆਪਣਾ ਖੇਤ ਵਾਂ ਆਈਏ ਪਰ ਕਾਂ ਤਾਂ ਮੇਹ ਪੈਣ ਤੋਂ ਬਾਅਦ ਬੜਾ ਖੁਸ਼ ਸੀ ਉਹ ਤਾਂ ਉੱਡਣਾ ਚਾਹੁੰਦਾ ਸੀ ਦੂਸਰੇ ਕਾਂਵਾਂ ਨਾਲ ਮਿਲ ਕੇ ਕਾਂਕਾਂ ਦੇ ਗੀਤ ਗਾਉਣਾ ਚਾਹੁੰਦਾ ਸੀ ਪਰ ਉਹ ਚਿੜੀ ਨੂੰ ਨਾ ਨਹੀਂ ਸੀ ਕਰ ਸਕਤ ਇਸ ਲਈ ਉਸਨੇ ਕਿਹਾ ਮੈਂ ਤਾਂ ਹਾਲੇ ਨਾ ਹੋਣਾ ਹੈ ਮੇਰੀ ਚੁੰਝ ਬੜੀ ਗੰਦੀ ਹੈ ਤੂੰ ਚੱਲ ਤੇ ਮੈਂ ਬਸ ਆਇਆ ਚੱਲ ਚੜੀਏ ਮੈਂ ਆਉਣਾ ਹੈ ਪੈਰੀ ਮੋਜੇ ਪਾਉਣਾ ਹੈ ਠੁਮਕ ਠੁਮਕ ਕਰਦਾ ਆਉਣਾ ਹੈ ਚਿੜੀ ਇਹ ਸੁਣ ਕੇ ਆਪਣੇ ਖੇਤਾਂ ਵੱਲ ਉੱਡ ਪ ਉਸਨੇ ਥੋੜੀ ਦੇਰ ਤਾਂ ਕਾਂ ਦੀ ਉਡੀਕ ਕੀਤੀ ਪਰ ਕਾਂ ਨਾ ਆਇਆ ਤਾਂ ਉਸਨੇ ਆਪਣੀ ਚੁੰਝ ਨਾਲ ਮਿੱਟੀ ਪੁੱਟ ਕੇ ਹੌਲੀ ਹੌਲੀ ਖੇਤ ਤਿਆਰ ਕਰ ਲਏ ਕੁਝ ਦਿਨਾਂ ਬਾਅਦ ਫਿਰ ਮੀਂਹ ਪੈ ਗਏ ਚਿੜੀ ਨੇ ਫਿਰ ਕਾਂ ਨੂੰ ਕਿਹਾ ਕਾਵਾਂ ਕਾਵਾਂ ਆ ਆਪਾਂ ਮੱਕੀ ਬੀਜਦੇ ਹੁਣ ਦਾਣੇ ਬੀਜਣ ਦਾ ਵੇਲਾ ਹੈ ਕਾਂ ਨੇ ਫਿਰਕੇ ਚਲ ਚਰੀਏ ਮੈਂ ਆਉਣਾਏ ਪੈਰੀ ਮੋਜੇ ਪਾਉਣਾਏ ਠੁਮਕ ਠੁਮਕ ਕਰਦਾ ਆਉਣਾਏ ਚਿੜੀ ਨੇ ਇਕਲੇ ਹੀ ਖੇਤ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤ ਉਸ ਨੇ ਆਪਣੀ ਨਿੱਕੀ ਜਿਹੀ ਚੁੰਝ ਨਾਲ ਇੱਕ ਇੱਕ ਕਰਕੇ ਮੱਕੀ ਦੇ ਦਾਣੇ ਮਿੱਟੀ ਵਿੱਚ ਬੀਜ ਦਿੱਤ ਫਿਰ ਮੇ ਪਿਆ ਤਾਂ ਖੇਤਾਂ ਨੂੰ ਪਾਣੀ ਮਿਲ ਗਏ ਤੂਪ ਚਮਕੀ ਤਾਂ ਸਾਰੇ ਖੇਤਾਂ ਵਿੱਚ ਨਿੱਕੇ ਨਿੱਕੇ ਬੂਟੇ ਉੱਗ ਆ ਚਿੜੀ ਕਦੇ ਆਪਣੇ ਖੇਤ ਦੀ ਸਫਾਈ ਕਰਦੀ, ਕਦੇ ਬੂਟਿਆਂ ਨੂੰ ਪਾਣੀ ਦਿੰਦ ਪਰ ਕਾਂ ਕਦੇ ਵੀ ਖੇਤ ਵਿੱਚ ਨਾ ਆਉਂਦ। ਥੋੜੇ ਦਿਨਾਂ ਬਾਅਦ ਬੂਟਿਆਂ ਉੱਪਰ ਛਲੀਆਂ ਲੱਗ ਗਈਆਂ। ਛਲੀਆਂ ਉੱਪਰ ਪੀਲੇ ਪਾਲੇ ਦਾਣੇ ਲੱਗ ਗਏ। ਹੁਣ ਦਾਣੇ ਪੱਕ ਗਏ ਅਤੇ ਛਲੀਆਂ ਤੋੜਨ ਦਾ ਵੇਲਾ ਆ ਗਿਆ। ਚਿੜੀ ਕਾਂ ਕੋਲ ਗਈ ਅਤੇ ਉਸ ਨੂੰ ਕਿਹਾ, "ਆ ਕਾਂਵਾ ਆਪਾਂ ਫਸਲ ਇਕੱਠੀ ਕਰ ਲਈਏ।" ਪਰ ਕਾਂ ਨੇ ਫਿਰ ਕਿਹਾ, "ਚਲ ਚਿੜੀਏ ਮੈਂ ਆਉਨਾਏ, ਪੈਰੀ ਮੋਜੇ ਪਾਉਨਾਏ।" ਥੁਮਕ ਥੁਮਕ ਕਰਦਾ ਉਹਨਾਂ ਹੀ ਛਿੜੀ ਖੇਤ ਜਾ ਪਹੁੰਚੀ ਪਰ ਕਾਂ ਨਾ ਆਏ ਚਿੜੀ ਨੇ ਇਕੱਲਿਆਂ ਹੀ ਬੜੀ ਮਿਹਨਤ ਨਾਲ ਫਸਲ ਕਟ ਫਿਰ ਇੱਕ ਇੱਕ ਕਰਕੇ ਦਾਣੇ ਛੱਲੀਆਂ ਤੋਂ ਵੱਖ ਕੀਤ ਖੇਤ ਵਿੱਚ ਦੋ ਟੇਰੀਆਂ ਲੱਗ ਗਈ ਇੱਕ ਛੋਟੀ ਟੇਰੀ ਦਾਣਿਆਂ ਦੀ ਤੇ ਦੂਸਰੀ ਵੱਡੀ ਟੇਰੀ ਮੱਕੀ ਦੇ ਗੁੱਲਾਂ ਚਿੜੀ ਨੇ ਇਹ ਕੰਮ ਮੁਕਾਇਆ ਹੀ ਸੀ ਕਿ ਕਾਂ ਵੀ ਉਥੇ ਪਹੁੰਚ ਗਏ ਕਾਂ ਬੜਾ ਚਲਾਕ ਉਸਨੇ ਕਿਹਾ ਚਿੜੀਏ ਚਿੜੀਏ ਆਪਣੀ ਫਸਲ ਤਾਂ ਚੰਗੀ ਹੋ ਗਈ ਹੈ ਤੂੰ ਕੰਮ ਵੀ ਮੇਰੇ ਨਾਲੋਂ ਜ਼ਿਆਦਾ ਕੀਤਾ ਹੈ ਇੰਜ ਕਾ ਇਹ ਵੱਡੀ țeਰੀ ਤੂੰ ਰੱਖ ਲੈ ਤੇ ਇਹ ਦਾਣਿਆਂ ਦੀ ਛੋਟੀ țeਰੀ ਮੈਂ ਰੱਖ ਲੈਂਦਾ ਹਾਂ ਉਹ ਦਾਣਿਆਂ ਦੀ ਛੋਟੀ ਜਹੀ țeਰੀ ਉੱਪਰ ਜਾ ਕੇ ਬੈਠ ਗੇ ਚਿੜੀ ਨੇ ਕਿਹਾ ਕਿ ਆਪਾਂ ਦੋਵੇਂ țeਰੀਆਂ ਇੱਕੋ ਜਹੀਆਂ ਵੰਡ ਲੈਂਦੇ ਹਾਂ ਪਰ ਕਾਂ ਨੇ ਇੱਕ ਨਾ ਮੰਨ ਉਹ ਤਾਂ ਲੜਨ ਲਈ ਤਿਆਰ ਹੋ ਗੇ ਚਿੜੀ ਵਿਚਾਰੀ ਇੱਕ ਪਾਸੇ ਹੋ ਕੇ ਬੈਠ ਗਾ ਉਦੋਂ ਹੀ ਜ਼ੋਰਦਾਰ ਮੇ ਪੈਣ ਲੱਗ ਗੇ ਥੋੜੀ ਦੇਰ ਬਾਅਦ ਗੜੇ ਵੀ ਪੈਣ ਲੱਗ ਗੇ ਚਿੜੀ ਪਰਜਕੇ ਗੁੱਲਾਂ ਦੇ ਢੇਰ ਵਿੱਚ ਲੁਕ ਕੇ ਬੈਠ ਗਈ ਪਰ ਕਾਂ ਉਸੇ ਤਰ੍ਹਾਂ ਦਾਣਿਆਂ ਉੱਪਰ ਆਕੜ ਕੇ ਬੈਠਾ ਰਿਹਾ ਜਦੋਂ ਮੈਂ ਰੁਕਿਆ ਤਾਂ ਚਿੜੀ ਨੇ ਦੇਖਿਆ ਕਿ ਕਾਂ ਤਾਂ ਮਰਿਆ ਪਿਆ ਹੈ ਉਹ ਗੜੇ ਵੱਜਣ ਨਾਲ ਹੀ ਮਰ ਗਿਆ ਤੇ ਚਿੜੀ ਜੋ ਗੁੱਲਾਂ ਦੇ ਢੇਰ ਵਿੱਚ ਲੁਕ ਕੇ ਬੈਠ ਗਈ ਸੀ ਬਚ ਗਤ ਇਸ ਤਰ੍ਹਾਂ ਚਿੜੀ ਦੀ ਮਿਹਨਤ ਦਾ ਫਲ ਉਸ ਨੂੰ ਮਿਲ ਗਿਆ